ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਰਾਜ ਮਨਵਿੰਦਰ ਸਿੰਘ ਕੰਗ, ਸਪੋਕਸਪਰਸਨ ਸੁਪਰੀਮ ਸਿੱਖ ਕੌਂਸਲ UK। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਬੈਂਸ ਅਤੇ ਯੂਥ ਲੀਡਰ ਸਰਦਾਰ ਸੁਖਵੀਰ ਸਿੰਘ ਜੀ ਵਾਸੀ ਲੰਡਨ ਵਿਖੇ ਜੋ ਇੰਡੀਆ ਹਾਊਸ ਹੈਗਾ, ਇੰਡੀਅਨ ਹਾਈ ਕਮਿਸ਼ਨਰ ਨੂੰ ਆਪਣਾ ਜਿਹੜਾ ਮੰਗ ਪੱਤਰ ਸੌਂਪਣ ਜਾ ਰਹੇ ਆ। ਇਸ ਦੇ ਨਾਲ ਨਾਲ ਹੀ ਡੋਨਿੰਗ ਸਟਰੀਟ 'ਤੇ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਕਾਮਨਵੈਲਥ ਦੇ ਸੈਕਟਰੀ ਜਨਰਲ, ਇਹ ਤਿੰਨੇ ਪੱਤਰ ਅੱਜ ਸਰਦਾਰ ਬਲਦੇਵ ਸਿੰਘ ਅਤੇ ਸੁਖਬੀਰ ਸਿੰਘ ਵਾਸੀ ਹੁਣੀ ਦੇਣ ਜਾ ਰਹੇ। ਅਸੀਂ ਆਸ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਸਿੱਖਾਂ ਦੇ ਨੁਮਾਇੰਦੇ, ਸਿੱਖ ਸੰਸਥਾਵਾਂ ਆਪੋ ਆਪਣੇ ਢੰਗ ਨਾਲ ਦਿੱਲੀ ਵਿਖੇ ਚੱਲ ਰਹੇ ਮੋਰਚੇ ਦੀ ਸਪੋਰਟ ਕਰ ਰਹੇ ਹਨ, ਅਤੇ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਭਾਰਤ ਸਰਕਾਰ ਇਸ 'ਤੇ ਜ਼ਰੂਰ ਗੌਰ ਕਰੇਗੀ। ਅੱਜ ਮੋਰਚੇ ਨੂੰ 26ਵੇਂ ਦਿਨ ਦੇ ਵਿੱਚ ਜਿਹੜਾ ਉਹ ਚਲੇ ਗਿਆ ਹੈਗਾ। ਇੰਨੀ ਠੰਡ ਦੇ ਵਿੱਚ ਸਾਡੇ ਬੱਚੇ, ਬਜ਼ੁਰਗ, ਬੀਬੀਆਂ, ਭੈਣਾਂ, ਮਾਤਾਵਾਂ ਉੱਥੇ ਬੈਠੀਆਂ ਹਨ ਜੋ ਕਿ ਜਾਇਜ਼ ਮੰਗਾਂ ਹਨ। ਇਹਨਾਂ ਨੂੰ ਮੰਨਣ ਦੇ ਵਿੱਚ ਭਾਰਤ ਸਰਕਾਰ ਦੀ ਕੋਈ ਹੇਠ ਹੀ ਨਹੀਂ ਹੋ ਰਹੀ। ਆਪਣੇ ਦੇਸ਼ ਵਾਸੀਆਂ ਦਾ ਖਿਆਲ ਰੱਖਣਾ ਸਰਕਾਰਾਂ ਦਾ ਫਰਜ਼ ਹੋਇਆ ਕਰਦਾ। UK ਦੇ ਤਕਰੀਬਨ 110 ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਦੀ ਜੋ ਪ੍ਰਤੀਨਿਧਤਾ ਜਮਾਤ ਹੈ, ਸੁਪਰੀਮ ਸਿੱਖ ਕੌਂਸਲ UK, ਪਿਛਲੇ ਲੰਬੇ ਸਮੇਂ ਤੋਂ ਜੋ ਕਿ ਕਿਸਾਨ ਮੋਰਚੇ ਦੀ ਪੂਰਨ ਹਮਾਇਤ ਕਰਦੇ ਆ ਰਹੇ ਨੇ ਆਪੋ ਆਪਣੇ ਢੰਗ ਦੇ ਨਾਲ, ਅਤੇ ਅੱਜ ਵੀ ਇਸੇ ਤਹਿਤ ਜੋ ਮੰਗ ਪੱਤਰ ਸੌਂਪੇ ਜਾ ਰਹੇ ਹਨ। ਇੱਥੋਂ ਦੀਆਂ ਸਰਕਾਰਾਂ ਦੇ ਲਗਾਤਾਰ ਸਿੱਖਾਂ ਵੱਲੋਂ ਜੋ ਵੀ ਧਾਰਮਿਕ ਲੀਡਰ ਹਨ ਉਹਨਾਂ ਵੱਲੋਂ ਪਾਇਆ ਜਾ ਰਿਹਾ ਹੈ। ਅਸੀਂ ਇਹ ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਵੱਸ ਰਿਹਾ ਹਰ ਇਨਸਾਨ ਇਸ ਮੋਰਚੇ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਵੇ। ਇਹਦੇ ਨਾਲ ਨਾਲ ਵਿਦੇਸ਼ੀ ਸਿੱਖ ਆਪਣੇ ਜਿੱਥੇ ਜਿੱਥੇ ਵੀ ਤੁਹਾਡੇ MP ਨੇ, MLA ਨੇ ਜਾਂ ਤੁਸੀਂ ਲੋਕਲ ਕੌਂਸਲ ਹੈਗੀਆਂ ਵਾ, ਉਹਨਾਂ ਨਾਲ ਰਾਬਤਾ ਕਾਇਮ ਕਰਕੇ ਆਪਾਂ ਕਿਸਾਨਾਂ ਦੇ ਮੋਰਚੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇਹ ਸਮੁੱਚੀ ਮਾਨਵਤਾ ਦਾ ਮੋਰਚਾ ਹੈ। ਇਹ ਇਕੱਲੇ ਪੰਜਾਬ, ਹਰਿਆਣਾ ਜਾਂ ਰਾਜਸਥਾਨ ਦਾ ਅੱਜ ਮੋਰਚਾ ਨਹੀਂ ਰਹਿ ਗਿਆ। ਸਾਰੇ ਵੀ ਜੋ ਵੀ ਅੰਨ ਪ੍ਰਸ਼ਾਦਾ ਛਕਦਾ ਹੈ, ਇਹ ਸਾਰਿਆਂ ਲੋਕਾਂ ਦਾ ਸਾਂਝਾ ਮੋਰਚਾ ਹੈ। ਸੋ ਇਸ ਨੂੰ ਸਫਲ ਬਣਾਉਣ ਵਿੱਚ ਆਪੋ ਆਪਣਾ ਆਪਾਂ ਬਣਦਾ ਫਰਜ਼ ਅਦਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।